ਦੋਸਤੋ, ਮੇਰਾ ਨਾਮ ਪ੍ਰਿੰਸ ਛਾਬੜਾ ਹੈ। ਮੈਂ ਅੱਜ ਤੁਹਾਡੇ ਨਾਲ ਇੱਕ ਆਪਣੀ ਕਵਿਤਾ ਸਾਂਝੀ ਕਰਨ ਜਾ ਰਿਹਾ, ਜਿਹਦਾ ਨਾਮ ਹੈ ਬਚਪਨ। ਮੈਂ ਐਕਚੁਅਲੀ ਇਹ ਤੁਹਾਡੇ ਨਾਲ ਕਵਿਤਾ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਆਪਾਂ ਸਾਰੇ ਪੰਜਾਬੀ ਲਗਭਗ ਜੁਆਇੰਟ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ, ਅਤੇ ਜਿਸ ਕਰਕੇ ਆਪਣੀ ਸਾਰਿਆਂ ਦੀ ਇਹ ਖੁਦ ਦੀ ਕਵਿਤਾ ਹੋ ਸਕਦੀ ਹੈ। ਮੈਨੂੰ ਇੱਦਾਂ ਲੱਗਦਾ ਕਿਉਂਕਿ ਮੈਂ ਇਹ ਜੋ ਲਿਖ ਰਿਹਾ ਮੇਰੀ ਆਪਦੀ ਬਚਪਨ ਦੀ ਕਵਿਤਾ ਹੈਗੀ ਹੈ। ਸੋ ਦੋਸਤੋ, ਮੈਂ ਸਾਂਝੀ ਕਰਨ ਜਾ ਰਿਹਾ। ਇਹਦੀ ਸਾਂਝੀ ਕਰਨ ਦਾ ਜਿਹੜਾ ਮੇਰਾ ਮਕਸਦ ਹੈ ਉਹ ਇਹ ਹੈਗਾ ਕਿ ਕਿਉਂਕਿ ਆਪਾਂ ਕਈ ਵਾਰੀ ਆਪਸ ਵਿੱਚ ਲੜ ਪੈਂਦੇ ਹਾਂ, ਆਪਾਂ ਕਜ਼ਨ ਬ੍ਰਦਰ ਸਭ ਇਕੱਠੇ ਰਹਿੰਦੇ ਹੋਏ ਵੀ ਕਈ ਵਾਰ ਲੜ ਪੈਂਦੇ, ਕਈ ਵਾਰ ਨਹੀਂ ਮਨਾਉਂਦੇ ਇੱਕ ਦੂਸਰੇ ਨੂੰ, ਕਈ ਵਾਰੀ ਮਨਾਉਂਦੇ ਮਨਾਉਂਦੇ ਸਾਲਾਂ ਲੱਗ ਜਾਂਦੇ ਨੇ, ਪਰ ਜ਼ਿੰਦਗੀ ਬੜੀ ਛੋਟੀ ਹੈ। ਸੋ ਜਿੰਨਾ ਜਲਦੀ ਹੋ ਸਕੇ ਤੁਸੀਂ ਮਿਲਾ ਲਓ। ਸੋ ਮੈਂ ਇੱਕ ਕਵਿਤਾ ਛੋਟੀ ਜਿਹੀ 6-7 ਲਾਈਨਾਂ ਦੀ ਸ਼ੇਅਰ ਕਰਨ ਜਾ ਰਿਹਾ, ਜੇ ਵਧੀਆ ਲੱਗੇ ਤਾਂ ਜ਼ਰੂਰ ਕਮੈਂਟ ਕਰਿਓ। ਮਾਪਿਆਂ ਨੇ ਬੜੇ ਲਾਡਾਂ ਨਾਲ ਪਾਲਿਆ ਮੈਨੂੰ, ਤਾਇਆਂ ਚਾਚਿਆਂ ਅਤੇ ਭੂਆਵਾਂ ਨੇ ਸੰਭਾਲਿਆ ਮੈਨੂੰ, ਦਾਦਾ ਦਾਦੀ ਦੇ ਪਿਆਰ ਨੇ ਥੋੜ੍ਹਾ ਜਿੱਦੀ ਬਣਾਇਆ ਮੈਨੂੰ, ਇਸ ਪਿਆਰ ਨੂੰ ਪੂਰਾ ਨਿਭਾਵਾਂਗਾ, ਇਹ ਬਦਲਾ ਬੜਾ ਔਖਾ ਲੱਗਦਾ ਮੈਨੂੰ, ਭਰਾਵਾਂ ਅਤੇ ਦੋਸਤਾਂ ਨਾਲ ਬਿਤਾਏ ਉਹ ਖੇਡਾਂ ਵਾਲੇ ਪਲ ਨਾ ਭੁੱਲਦੇ ਮੈਨੂੰ, ਨਿੱਕੀ ਨਿੱਕੀ ਗੱਲ 'ਤੇ ਰੁਸਣਾ ਅਤੇ ਮਨਾਉਣਾ ਬੜਾ ਯਾਦ ਆਉਂਦਾ ਮੈਨੂੰ, ਕ੍ਰਿਕਟ ਪਿੱਠੂ ਬਾਂਦਰ ਕਿੱਲਾ ਅਤੇ ਬਾਂਟੇ ਖੇਡ ਪੂਰਾ ਦਿਨ ਗੁਜ਼ਾਰਨਾ, ਉਹ ਖੇਡਾਂ ਵਾਲੇ ਪਲ ਨਾ ਭੁੱਲਦੇ ਮੈਨੂੰ, ਜਦ ਮੈਂ ਰਹਿੰਦਾ ਘਰ ਤਾਂ ਮਾਮੇ ਘਰ ਨਾ ਜਾਣ ਦਿੰਦੀਆਂ ਭੂਆਵਾਂ ਅਤੇ ਭੈਣਾਂ ਮੈਨੂੰ, ਕੌਣ ਉੱਥੇ ਇੰਨਾ ਪਿਆਰ ਕਰੂ ਇਹ ਸੋਚ ਸੋਚ ਨਾ ਉਹ ਭੇਜਦੇ ਮੈਨੂੰ, ਮਾਮੇ ਮਾਸੀਆਂ ਨੇ ਵੀ ਬੜੇ ਲਾਡ ਲੜਾਏ ਮੈਨੂੰ, ਵਾਪਸ ਆਉਣ ਲੱਗਿਆ ਨਾ ਦਾਦੇ ਘਰ ਆਉਣ ਦਿੰਦੇ ਮੈਨੂੰ, ਬੜੇ ਲਾਡਾ ਵਾਲਾ ਬਚਪਨ ਨਹੀਂ ਭੁੱਲਦਾ ਮੈਨੂੰ, ਇਸ ਪਿਆਰ ਨੂੰ ਪੂਰਾ ਨਿਭਾਵਾਂ ਇਹ ਬਦਲਾ ਬੜਾ ਔਖਾ ਲੱਗਦਾ ਮੈਨੂੰ। ਧੰਨਵਾਦ ਦੋਸਤੋ, ਤੁਸੀਂ ਸਾਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ, ਅੱਗੋਂ ਅਸੀਂ ਹੋਰ ਵੀ ਵੀਡੀਓ ਅਪਡੇਟ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਜੀ।